ਕੀ ਨਾਮ ਹੈ ਭਾਈ ਤੁਹਾਡਾ? ਗੁਰਮੁਖ ਸਿੰਘ ਨਾਮ ਜੀ ਮੇਰਾ। ਕੀ ਗੱਲ ਹੋਈ ਸੀ ਭਾਜੀ ਇਹਦੀ? ਆ ਸਾਡੇ ਮਹੱਲੇ ਦੇ ਮੁੰਡੇ ਹੈਗੇ, ਕੁਝ ਨਸ਼ਾ ਨੁਸ਼ਾ ਕਰਦੇ ਆ, ਚਿੱਟਾ ਚੁੱਟਾ ਪੀਂਦੇ ਆ, ਤੇ ਬਾਹਰਲੇ ਮੁੰਡਿਆਂ ਨੂੰ ਲਿਆ ਕੇ ਆਪਣੀ ਗੱਡੀ ਦੇ ਵਿੱਚ ਇੱਥੇ ਬੈਠ ਕੇ ਨਸ਼ਾ ਇਹ ਕਰਦੇ ਆ। ਅਸੀਂ ਇਹਨਾਂ ਨੂੰ ਕਈ ਵਾਰ ਰੋਕਿਆ ਵੀ ਤੁਸੀਂ ਨਸ਼ਾ ਇੱਥੇ ਨਾ ਕਰਿਆ ਕਰੋ, ਹੋਰ ਕਿਤੇ ਜਾ ਕੇ ਕਰੋ, ਉੱਚੀ ਉੱਚੀ ਗਾਣੇ ਲਾਉਂਦੇ। ਅਤੇ ਇਹ ਗੱਲ ਨੂੰ ਦੋ ਵਾਰੀ ਕਿਹਾ, ਚਾਰ ਵਾਰੀ ਕਿਹਾ, ਥੋੜ੍ਹੇ ਪਰਸੋਂ ਰਾਤੀ ਕਰੀਬ 9:45 ਵਜੇ ਇਹ ਆਪਣੇ ਘਰਦਿਆਂ ਨੂੰ ਸਾਰਿਆਂ ਨੂੰ ਲਿਆਏ ਬੰਦੇ ਨਾਲ, ਇਹ ਅਤੇ ਨਾਲ ਇਹਨਾਂ ਨੇ ਬੰਦੇ ਇਕੱਠੇ ਕਰਕੇ ਪਹਿਲੇ ਖੜ੍ਹੇ ਕੀਤੇ ਹੋ ਸੀਗੇ ਇੱਥੇ। ਗੱਲਬਾਤ ਕਰਦੇ 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 ਸਾਡੇ ਦੇ ਉੱਤੇ ਇਹਨਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਫਿਰ ਸਾਨੂੰ ਤੁਸੀਂ ਕਿਉਂ ਕਹਿੰਦੇ, ਅਸੀਂ ਤਾਂ ਚਿੱਟਾ ਇੱਦਾਂ ਹੀ ਪੀਣਾ। ਕੀ ਹਥਿਆਰ ਸੀ ਇਹਨਾਂ ਦੇ? ਹਥਿਆਰ ਇਹਨਾਂ ਕੋਲ ਜੀ ਦਾਤਰ ਸੀਗੇ, ਇਹਨਾਂ ਕੋਲ ਖੰਡੇ ਸੀਗੇ, ਇਹਨਾਂ ਕੋਲ ਕਿਰਪਾਨਾਂ ਸੀਗੀਆਂ, ਅਤੇ 25-30 ਜਾਣੇ ਮੁੰਡੇ ਸੀਗੇ। ਇਹ ਸਾਰੇ ਨਸ਼ੇ ਦੇ ਆਦੀ ਆ ਇਹ, ਤਾਂ ਬਸ ਇੱਦਾਂ ਸਾਨੂੰ ਹੁਣ ਵੀ ਸਾਨੂੰ ਧਮਕਾਉਂਦੇ ਪਏ ਆ ਵੀ ਤੁਸੀਂ ਸਾਡਾ ਕੀ ਬਗਾੜ ਲਿਆ। ਕੋਈ ਸੀਸੀਟੀਵੀ 'ਚ ਵੀ ਆਇਆ? ਸੀਸੀਟੀਵੀ ਇੱਥੇ ਲੱਗੇ ਹੋ, ਸੀਸੀਟੀਵੀ 'ਚ ਸਾਰੇ ਬੰਦੇ ਆ ਗਏ ਜੀ। ਕੰਪਲੇਂਟ ਦਿੱਤੀ? ਕੰਪਲੇਂਟ ਅਸੀਂ ਕਰ ਦਿੱਤੀ ਆ ਸੱਚੋ ਸਾਹਿਬ ਨੂੰ, ਥਾਣਾ ਮਾਜਦੋ ਨੂੰ। ਕੀ ਮੰਗ ਕਰਦੇ? ਕਹਿ ਰਹੇ ਆ ਬਸ ਅਸੀਂ ਮੰਗ ਕਰਦੇ ਪਏ, ਜਿੱਦਾਂ ਇਹਦੇ ਸ਼ਰਾਰਤੀ ਬੰਦੇ ਅਨਸਰ ਜਿਹੜੇ ਵੀ ਹੈਗੇ ਇੱਥੇ, ਇਹਨਾਂ ਸਾਰਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਆ, ਨਹੀਂ ਤਾਂ ਇਹ ਤਾਂ ਬਹੁਤ ਵੱਡਾ ਨੁਕਸਾਨ ਕਰ ਸਕਦੇ ਇਹ ਸਾਰਿਆਂ ਦਾ। ਅੱਜ ਸਾਡੇ ਘਰ ਦੇ ਉੱਤੇ ਇਹਨਾਂ ਨੇ ਆ ਕੇ ਹਮਲਾ ਕੀਤਾ, ਸਾਨੂੰ ਜਾਨੋ ਮਾਰ ਕਿਸੇ ਦੇ ਵੀ ਕਰ ਸਕਦੇ ਜਾ ਕੇ ਜੀ। ਇਹ ਤੁਹਾਡਾ ਘਰ ਆ ਜਿੱਥੇ ਗੇਟ 'ਤੇ ਖੜੇ? ਸਾਡੀ ਦੁਕਾਨ ਵੀ ਨਾਲ ਹੀ ਆ, ਦੁਕਾਨ ਦੇ ਪਿੱਛੇ ਹੀ ਸਾਡਾ ਘਰ ਆ। ਕਾਹਦਾ ਕੰਮ ਹੈ ਤੁਹਾਡਾ? ਸਾਡਾ ਜਨਰੇਟਰਾਂ ਦਾ ਕੰਮ ਹੈ, ਜਨਰੇਟਰ ਅਸੀਂ ਰਿਪੇਅਰ ਕਰਦੇ ਹਾਂ, ਨਵੇਂ ਬਣਾਉਂਦੇ ਹਾਂ ਅਤੇ ਰੈਂਟ ਦਾ ਕੰਮ ਕਰਦੇ ਹਾਂ। ਹਾਂਜੀ ਸਰ, ਕੀ ਮਾਮਲਾ ਜੀ? ਬੱਸੀ ਖਵਾਜੂ ਚੌਂਕ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਜਿਹੜਾ ਹੈਗਾ ਆ ਲੜਾਈ ਹੋਈ ਆ। ਮੈਂ ਅਤੇ ਐਸ ਐਚ ਓ ਸਾਹਿਬ ਜਿਹੜੇ ਹੈਗੇ ਉਹਨੂੰ ਵੈਰੀਫਾਈ ਕਰਨ ਵਾਸਤੇ ਆਏ ਸੀ ਮੌਕੇ 'ਤੇ, ਅਤੇ ਵੈਰੀਫਾਈ ਕਰ ਰਹੇ ਹੈਗੇ ਹਾਂ। ਜੋ ਵੀ ਸਟੇਟਮੈਂਟ ਜਾਂ ਮੌਕੇ ਦੇ ਮੁਤਾਬਕ ਜੋ ਕਾਰਵਾਈ ਪਾਉਂਦੀ ਉਹਦੀ ਕਾਰਵਾਈ ਕਰਾਂਗੇ। ਕੋਈ ਸੀਸੀਟੀਵੀ ਫੁਟੇਜ ਵੀ ਸਾਰਾ ਹੀ ਆ? ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੈਗੇ, ਹੋਰ ਵੀ ਜਿਹੜੇ ਹੈਗੇ ਆ ਖੁਫੀਆ ਤੌਰ 'ਤੇ ਵੀ ਅਸੀਂ ਪਤਾ ਕਰ ਰਹੇ ਹਾਂ ਕਿ ਕੀ ਲੜਾਈ ਹੋਈ ਹੈ, ਕਿਵੇਂ ਲੜਾਈ ਹੋਈ ਆ, ਕੀ ਵਜ੍ਹਾ ਹੈ, ਸਾਰਾ ਵੈਰੀਫਾਈ ਕਰਕੇ ਫਿਰ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਬਣਦੀ ਉਹ ਵੀ ਕਰਾਂਗੇ। ਹਥਿਆਰ ਵੀ ਸਰ ਦੇਖੇ? ਇਹ ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਬਣਦੀ ਉਹ ਵੀ ਕਰਾਂਗੇ, ਜੇ ਉਹ ਸਟੇਟਮੈਂਟ ਜੇ ਲਿਖਾਉਣਗੇ ਉਸ ਮੁਤਾਬਕ ਕਾਰਵਾਈ ਕਰਾਂਗੇ।